ਅੰਮ੍ਰਿਤਸਰ ਚ ਇੱਕ ਕਪੜੇ ਦੀ ਦੁਕਾਨ ਤੇ ਇੱਕ ਸ਼ੋਰੂਮ ਤੇ ਸ਼ਰਿਆਮ ਗੋਲੀਆਂ ਚੱਲੀਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਲੇਕਿਨ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੁਰਾਣੀ ਰੰਜਿਸ਼ ਦੇ ਤਹਿਤ ਜਾਂ ਫਿਰ ਹੋਰ ਨਾ ਕਿਸੇ ਕਾਰਨ ਦੇ ਤਹਿਤ ਹੈ ਜੋ ਜਾਨਲੇਵਾ ਹਮਲਾ ਇਸ ਸ਼ੋਰੂਮ ਦੇ ਉੱਤੇ ਕੀਤਾ ਗਿਆ ਹੈ ਕਿਤਨਾ ਕਿਤੇ ਸੁਰਖੀਆਂ ਦੇ ਵਿੱਚ ਹੁਣ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਕਪੜਿਆਂ ਦੇ ਸ਼ੋਰੂਮ ਤੇ ਜੋ ਸ਼ੀਸ਼ੇ ਲੱਗੇ ਹੋਏ ਸਨ ਉਹ ਕਿਸ ਕਿਸ ਕਦਰ ਹੁਣ ਟੁੱਟ ਚੁੱਕੇ ਹਨ ਇਹਨਾਂ ਦੇ ਉੱਤੇ ਸ਼ਰੇਆਮ ਗੋਲੀਆਂ ਦੇ ਨਾਲ ਹਮਲਾ ਜੋ ਹੈ ਜਾਨਲੇਵਾ ਹਮਲਾ ਉਹ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਚੋਗਾਵਾ ਦੀ ਹੈ ਜਿੱਥੇ ਕਿ ਇੱਕ ਕਪੜੇ ਦੇ ਦੁਕਾਨ ਦੇ ਉੱਤੇ ਕਪੜੇ ਦੀ ਸ਼ੋਰੂਮ ਦੇ ਉੱਤੇ ਸ਼ਰੇਆਮ ਗੋਲੀਆਂ ਚੱਲੀਆਂ ਹਨ ਗੋਲੀਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ ਪੁਲਿਸ थाना ਲਪੋਕੇ ਦੇ ਅਧੀਨ ਆਉਂਦੇ ਕਸਬਾ ਚੁਗਾਵਾ ਦੇ ਵਿੱਚ ਇਹ ਸ਼ੋਰੂਮ ਹੈ ਜਿੱਥੇ ਕੀ ਹੁਣ ਹਮਲਾ ਕੀਤਾ ਗਿਆ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕਦਮ ਹੋਏ ਹਮਲੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਜੋ ਵੀ ਉਸ ਵੇਲੇ ਇਸ ਵੇਲੇ ਰਾਤ ਦੇ ਇਸ ਘੰਟਿਆਂ ਦੇ ਵਿੱਚ ਜੋ ਲੋਕ ਉੱਥੇ ਮੌਜੂਦ ਸਨ ਉਹਨਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਉਹਨਾਂ ਦੇ ਵਿੱਚੋਂ ਕੁਝ ਲੋਕ ਸ਼ੋਰੂਮ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕਰਦੇ ਹਨ ਅਤੇ ਕੁਝ ਲੋਕ ਸ਼ੋਰੂਮ ਤੋਂ ਬਾਹਰ ਦੌੜਦੇ ਹੋਏ ਆਉਂਦੇ ਹਨ ਕੁਝ ਲੋਕ ਸਾਨੂੰ ਇਸ ਤਰ੍ਹਾਂ ਹੀ ਹਫੜਾ ਦਫੜੀ ਮਚਾਉਂਦੇ ਹੋਏ ਨਜ਼ਰ ਆਉਂਦੇ ਹਨ ਕਹਿ ਸਕਦੇ ਹਾਂ ਕਿ ਕੁਝ ਮਹਿਜ਼ ਕੁਝ ਸਕਿੰਟਾਂ ਦੇ ਅੰਦਰ ਹੀ ਅਦਿਨ ਹੀ ਇਹ ਸਾਰਾ ਮਾਮਲਾ ਜੋ ਹੈ ਵਾਪਰਿਆ ਹੈ ਜਿਸ ਤੋਂ ਬਾਅਦ ਜਾਣਕਾਰੀਆਂ ਅਨੁਸਾਰ ਦੇਰ ਸ਼ਾਮ ਚੁਗਾਵਾ ਦੀ ਕੱਪੜੇ ਦੀ ਇੱਕ ਸ਼ੋਰੂਮ ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਕਿ ਪਿਸਤੌਲ ਅਤੇ ਹੋਰ ਹਥਿਆਰਾਂ ਨਾਲ ਲੈਸ ਹਨ ਉਹਨਾਂ ਨੇ ਸਿੱਧੀਆਂ ਗੋਲੀਆਂ ਦੁਕਾਨ ਦੇ ਉੱਤੇ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਦੁਕਾਨ ਮਾਲਕਾਂ ਨੇ ਅੰਦਰ ਲੁੱਕ ਕੇ ਆਪਣੀਆਂ ਜਾਨਾਂ ਬਚਾਈਆਂ ਹਨ ਤੇ ਇਸ ਘਟਨਾ ਸੰਬੰਧੀ ਪਤਾ ਲੱਗਦੇ ਹੀ ਪੁਲਿਸ ਥਾਣਾ ਲਪੋਕੇ ਦੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਸੀਸੀਟੀਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਲੇਕਿਨ ਉਸ ਤੋਂ ਬੱਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਡਰਾਹ ਦੇਣ ਵਾਲੀਆਂ ਹਨ ਕਿਉਂਕਿ ਕਹਿ ਸਕਦੇ ਹਾਂ ਕਿ ਦਿਹਾਤੀ ਏਰੀਆ ਦੇ ਵਿੱਚ ਇਹੋ ਜਿਹੀਆਂ ਵਾਰਦਾਤਾ ਅਕਸਰ ਹੀ ਸਾਨੂੰ ਇਸ ਵੇਲੇ ਰਾਤ ਦੇ ਇੰਨਾ ਕੁਝ ਘੰਟਿਆਂ ਦੇ ਵਿਚਾਲੇ ਹੀ ਸਾਨੂੰ ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਕਹਿ ਸਕਦੇ ਹਾਂ ਕਿ ਗੁੰਡਾਗਰਦੀ ਦਾ ਜੋ ਹੈ ਨੰਗਾ ਨਾਚ ਇਸ ਵੇਲੇ ਅੰਮ੍ਰਿਤਸਰ ਦਿਹਾਤੀ ਦੇ ਇਸ ਕਸਬਾ ਚੋਗਾਵਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਅਤੇ ਤਸਵੀਰਾਂ ਕਿਤੇ ਨ ਕਿਤੇ ਹਰ ਇੱਕ ਦੇ ਵਾਸਤੇ ਬਹੁਤ ਹੀ ਜ਼ਿਆਦਾ ਡਰਾਉਣੀਆਂ ਹੋਣਗੀਆਂ ਹੈ ਤਸਵੀਰਾਂ ਸੀਸੀਟੀਵੀ ਦੀਆਂ ਜੋ ਕਿ ਐਸ ਵੇਲੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਜੋ ਨੇ ਕੁਝ ਲੋਕ ਸ਼ੋਰੂਮ ਤੋਂ ਬਾਹਰ ਪਛਦੇ ਨੂੰ ਆ ਰਹੇ ਹਨ ਤੇ ਕੁਝ ਲੋਕ ਸ਼ੋਰੂਮ ਦੇ ਅੰਦਰ ਜਾ ਰਹੇ ਹਨ ਜਦ ਕਿ ਜੋ ਮੁੱਢਲੀ ਜਾਣਕਾਰੀ ਮਿਲਿਆ ਹੈ ਉਸ ਵਿੱਚ ਪਤਾ ਲੱਗਿਆ ਹੈ ਕਿ ਸ਼ੋਰੂਮ ਦੇ ਮਾਲਕਾਂ ਨੇ ਆਪਣੀਆਂ ਜਾਨਾਂ ਸ਼ੋਰੂਮ ਦੇ ਵਿੱਚ ਲੁਕ ਕੇ ਬਚਾਈਆਂ ਹਨ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਤੇ ਹੁਣ ਪੁਲਿਸ ਨੇ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰੇ ਵੀ ਹੁਣ ਖੰਗਾਲੇ ਜਾ ਰਹੇ ਹਨ